ਸਤਿ ਸ਼੍ਰੀ ਅਕਾਲ ਪੰਜਾਬੀਓ। 3 ਤਰੀਕ ਨੂੰ ਲੱਖੇ ਸਿਧਾਣੇ ਤੇ ਪੰਜਾਬ ਦੀਆਂ ਕਈ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਭਾਨੇ ਸਿੱਧੂ ਦੇ ਹੱਕ 'ਚ ਸੰਗਰੂਰ ਸੀਐਮ ਦੀ ਕੋਠੀ ਦੇ ਬਾਹਰ ਧਰਨਾ ਲਾਉਣਾ। ਹਾਲਾਂਕਿ ਸਿਮਰਨਜੀਤ ਸਿੰਘ ਮਾਨ ਨੇ ਧੂਰੀ 'ਚ ਵੱਡਾ ਇਕੱਠ ਕਰਨਾ ਸੀ, ਉਹ ਇਕੱਠ ਨਹੀਂ ਹੋ ਪਾਇਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰ ਲਿਆ ਗਿਆ। ਪਰ 3 ਫਰਵਰੀ ਨੂੰ ਕਿਸਾਨ ਲੀਡਰਾਂ ਨੇ ਬੇਹੱਦ ਵੱਡਾ ਐਲਾਨ ਕੀਤਾ ਏ। ਲੱਖੇ ਸਿਧਾਣੇ ਨਾਲ ਬੈਠ ਕੇ ਉਹਨਾਂ ਨੇ ਦੱਸਿਆ ਕਿ 3 ਤਰੀਕ ਨੂੰ ਜੋ ਸੰਗਰੂਰ 'ਚ ਇਕੱਠ ਕਰਨਾ, ਇਸ ਵਿੱਚ ਕਿਸਾਨ ਜਥੇਬੰਦੀਆਂ ਪੂਰਾ ਯੋਗਦਾਨ ਨਿਭਾਉਣਗੀਆਂ। ਅਤੇ ਰੌਲਦੂ ਮਾਨਸਾ ਨੇ ਤਾਂ ਇੱਥੋਂ ਤੱਕ ਕਹਿਤਾ, ਚਾਹੇ ਮੋਰਚਾ ਸਾਨੂੰ ਲੰਮਾ ਲਾਉਣਾ ਪਵੇ ਪਰ ਭਾਨੇ ਸਿੱਧੂ ਨੂੰ ਤਾਂ ਅਸੀਂ ਬਿਨਾਂ ਜਮਾਨ ਤੋਂ ਬਾਹਰ ਕਢਵਾਵਾਂਗੇ, ਇਹ ਰੌਲਦੂ ਮਾਨਸੇ ਦਾ ਕਹਿਣਾ। ਫਿਰ ਕੋਟ ਦੁੰਨੇ ਵਾਲੀ ਸਟੇਜ ਦੀ ਗੱਲ ਹੋਵੇ ਜਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਲੀਡਰ ਰੌਲਦੂ ਮਾਨਸਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਅਤੇ ਉਹ ਇੱਕੋ ਬਿਆਨ 'ਤੇ ਖੜ੍ਹੇ ਨੇ। ਰੌਲਦੂ ਮਾਨਸਾ ਨੇ ਕਿਹਾ, ਕੋਟ ਦੁੰਨੇ ਵਾਲੀ ਸਟੇਜ 'ਤੇ ਮੈਂ ਹੱਥ ਖੜ੍ਹਾ ਕਰਕੇ ਇਹ ਗੱਲ ਕਹੀ ਸੀ ਕਿ ਭਾਨੇ ਸਿੱਧੂ ਨੂੰ ਬਿਨਾਂ ਜਮਾਨ ਤੋਂ ਬਾਹਰ ਕਢਵਾਵਾਂਗੇ ਅਤੇ ਲੋਕਾਂ ਨੇ ਤਾੜੀਆਂ ਵੀ ਮਾਰੀਆਂ ਸੀ। ਰੌਲਦੂ ਮਾਨਸਾ ਨੇ ਕਿਹਾ, ਅਸੀਂ ਪਹਿਲਾਂ ਵੀ ਕਈ ਮੋਰਚੇ ਲਾਏ ਨੇ ਅਤੇ ਇਸੇ ਤਰ੍ਹਾਂ ਫਤਿਹ ਕੀਤੇ ਨੇ ਅਤੇ ਮੋਰਚਾ ਵੀ ਅਸੀਂ ਜਿੱਤਾਂਗੇ, ਮੋਰਚਾ ਜਿੱਤਣ ਤੋਂ ਬਾਅਦ ਅਸੀਂ ਜਿੱਤ ਦੀ ਖੁਸ਼ੀ ਵੀ ਬਣਾਵਾਂਗੇ। ਰੌਲਦੂ ਮਾਨਸਾ ਨੇ ਕਿਹਾ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਸਾਡੇ ਨਾਲ ਨੇ ਅਤੇ ਭਾਨੇ ਸਿੱਧੂ ਦੇ ਹੱਕ 'ਚ ਅਸੀਂ ਵੱਧ ਚੜ੍ਹ ਕੇ ਪਹੁੰਚਾਂਗੇ। ਬਾਕੀ ਦੋਸਤੋ, ਤੁਹਾਨੂੰ ਵੀ ਇਸ ਪੰਜਾਬ ਦੇ ਪੁੱਤ ਭਾਨੇ ਸਿੱਧੂ ਦੀ ਸਪੋਰਟ ਕਰਨੀ ਚਾਹੀਦੀ ਹੈ। ਬਾਕੀ ਬਣੇ ਰਹੋ ਹੋਰ ਖਬਰਾਂ ਵੇਖਣ ਦੇ ਲਈ ਸਾਡੇ ਚੈਨਲ ਦੇ ਨਾਲ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਗੈਟ ਐਕਸ ਲਵ ਬੈਕ ਇਨ ਯੂਰ ਲਾਈਫ। ਫੋਨੀ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਪਾਓ। ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ 'ਚ ਅਣਬਣ, ਔਲਾਦ ਸੁੱਖ। ਮੇਰਾ ਨਾ ਲਵ ਮੈਰਿਜ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਨਹੀਂ ਸੀ ਨਿਕਲ ਰਿਹਾ। ਮੈਂ ਬਹੁਤ ਜ਼ਿਆਦਾ ਧੱਕੇ ਵੀ ਖਾਧੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਕਿ ਮੇਰੀ ਸਮੱਸਿਆ ਦਾ ਸਮਾਧਾਨ ਝਟਪਟ ਨਿਕਲ ਆਇਆ। ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ, ਬਾਬਾ ਅਫਜ਼ਲ ਖਾਨ 99 899 84 580।